संत का मार्ग धर्म की पौड़ी ओ मन पानी पाए ओ मन पानी पाए कोट जन्म ਤਿੰਨਾਂ ਦੇ ਤਪਸਥਾਨ ਤੇ ਤਿੰਨਾਂ ਦੀ ਸਲਾਨਾ ਵਰਸੀ ਦੇ ਸੰਬੰਧ ਅੰਦਰ ਬੜੇ ਪ੍ਰੇਮ ਤੇ ਸ਼ਰਧਾ ਦੇ ਨਾਲ ਧਾਰਮਿਕ ਸਮਾਗਮ ਜੋ ਆਰੰਭ ਕੀਤੇ ਗਏ ਸਨ ਤਿੰਨਾਂ ਦੀ ਸਮਾਪਤੀ ਹੋਈ। ਇਹਨਾਂ ਦੀਵਾਨਾਂ ਦੇ ਵਿੱਚ ਭਾਈ ਗੁਰਕਵਾਲ ਸਿੰਘ ਜੀ ਦੇ ਸਾਥੀ ਭਾਈ ਲਿਟਲ ਜੀ ਦੇ ਜਥੇ ਨੇ ਤੇ ਹੋਰ ਧਾਰਮਿਕ ਕੀਰਤਨੀ ਜਥਿਆਂ ਨੇ ਇੱਥੇ ਗੁਰੂ ਘਰ ਦੇ ਵਿੱਚ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਸੰਗਤਾਂ ਨੇ ਵੱਧ ਚੜ ਕੇ ਹਾਜ਼ਰੀਆਂ ਭਰੀਆਂ ਅਤੇ ਸੰਗਤਾਂ ਦੀਆਂ ਮਨੋਕਾਮਨਾ ਇਸ ਸਥਾਨ 'ਤੇ ਜਿਸ ਤਰ੍ਹਾਂ ਮਹਾਰਾਜਾ ਕਪੂਰਸਿੰਘ ਦੀ ਮਨੋਕਾਮਨਾ ਪੂਰੀ ਹੋਈ ਸੀ ਇਸੇ ਤਰ੍ਹਾਂ ਹੀ ਸਮੂਹ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਹੁੰਦੀਆਂ ਹਨ ਅਤੇ ਗੁਰਸਿੱਖੀ ਦੀ ਦਾਤ ਬਖਸ਼ਦੇ ਹਨ। ਬਾਬਾ ਜੀ ਦੀ ਮਿਹਰ ਦੇ ਨਾਲ ਸਿੰਘ ਸਾਜੇ ਹਨ। ਸੋ ਇਸੇ ਸੰਬੰਧ ਇਕੱਤਰਤਾ ਹੋਈ ਲੰਗਰ ਚੱਲੇ ਬੇਅੰਤ ਅਤੁੱਟ ਲੰਗਰ ਵਰਤੇ ਅਤੇ ਸਮੂਹ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਦਾਸ ਜਥੇਦਾਰ ਸੁਖਜਿੰਦਰ ਸਿੰਘ ਬੱਬਰ ਸੇਵਾਦਾਰ ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਮੰਗਲ ਸਿੰਘ ਜੀ ਨਿਹੰਗ ਸਿੰਘ ਅੱਜ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਬਖਸ਼ ਸਦਕਾ ਸੰਤ ਬਾਬਾ ਮੰਗਲ ਸਿੰਘ ਜੀ ਦੀ ਸਾਲਾਨਾ ਬਰਸੀ ਬੜੀ ਧੂਮਧਾਮ ਅਤੇ ਸ਼ਰਧਾ ਦੇ ਨਾਲ ਮਨਾਈ ਗਈ ਹੈ ਜਿਸ ਵਿੱਚ ਉੱਘੇ ਪੰਥ ਦੇ ਰਾਗੀ ਸਿੰਘਾਂ ਨੇ ਕਥਾਵਾਚਕ ਸਿੰਘਾਂ ਨੇ ਬਾਬਾ ਜੀ ਨੇ ਕਥਾ ਕਰਕੇ ਸੰਗਤਾਂ ਨੂੰ ਬਹੁਤ ਨਿਹਾਲ ਕੀਤਾ ਹੈ ਜਿਸ ਵਿੱਚ ਭਾਈ ਹਰਵਿੰਦਰਪਾਲ ਸਿੰਘ ਜੀ ਲਿਟਲ ਜੋ ਕਿ ਗੁਰਦੁਆਰਾ ਬੀਬੀ ਕੌਲਾਂ ਜੀ ਅੰਮ੍ਰਿਤਸਰ ਤੋਂ ਵਿਸ਼ੇਸ਼ ਹਾਜ਼ਰ ਹੋਏ ਸਨ ਅਤੇ ਭਾਈ ਤਰਲੋਕ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਤਪ ਅਸਥਾਨ ਬਾਬਾ ਮੰਗਲ ਸਿੰਘ ਜੀ ਅਤੇ ਭਾਈ ਜਸਵਿੰਦਰ ਸਿੰਘ ਜੀ ਗੁਰਦੁਆਰਾ ਟਾਵੀ ਸਾਹਿਬ ਟਾਹਲੀ ਸਾਹਿਬ ਅਤੇ ਉਹਨਾਂ ਨੇ ਬੜੇ ਹੀ ਰਸ ਭਿੰਨੇ ਕੀਰਤਨ ਅਤੇ ਕਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਹੈ ਜਿਸ ਵਿੱਚ ਸੰਗਤਾਂ ਨੇ ਅਥਾਹ ਸ਼ਰਧਾ ਰੱਖਦੇ ਹੋਏ ਇੱਥੇ ਹਾਜ਼ਰੀ ਭਰ ਕੇ ਬੜੇ ਪ੍ਰੇਮ ਅਤੇ ਸਤਿਕਾਰ ਨਾਲ ਹਾਜ਼ਰੀ ਭਰੀ ਗਈ ਹੈ ਅਤੇ ਸ਼ਰਧਾ ਬਹੁਤ ਹੀ ਸ਼ਰਧਾ ਦੇ ਨਾਲ ਜੋ ਕਿ ਬਾਬਾ ਜੀ ਦੀ ਬਰਸੀ ਨੂੰ ਮਨਾਇਆ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Subscribe to our YouTube channel News DNN by clicking the bell icon. Don't forget to like, comment and share.